ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਪਸ ਤੁਸਾਰੇ ਵਧੀਆ ਹੋਵੋਗੇ ਸੋ ਗਾਇਸ ਅੱਜ ਫਿਰ ਲਈ ਨਿਊ ਵਰਕਵਾਇਰ ਸਾਈਜ਼ ਲੈ ਕੇ ਆਈ ਹਾਂ ਹੋਪਸ ਤੁਹਾਨੂੰ ਵਧੀਆ ਲੱਗਣਗੇ ਜੇ ਤੁਹਾਨੂੰ ਵਧੀਆ ਲੱਗਦੇ ਨੇ ਪਲੀਜ਼ ਮੈਨੂੰ ਆਰਡਰ ਕਰੋ ਉੱਪਰ ਮੇਰਾ WhatsApp ਨੰਬਰ 기ਵਨ ਹੈ ਅਰ ਜੇ ਨਿਊ ਨੇ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਐਂਡ ਤੱਕ ਜ਼ਰੂਰ ਵਾਚ ਕਰਿਓ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਔਰ ਇਸ ਕਲਰ ਦਾ ਸੂਟ ਹੈ ਉੱਪਰ ਬਾਜੂ ਤੇ ਵੀ ਵਰਕ ਕੀਤਾ ਹੋਇਆਗਾ ਬਾਟਮ ਤੇ ਵੀ ਵਰਕ ਕੀਤਾ ਹੋਇਆਗਾ ਆਪਾਂ ਦੁਪट्टे ਤੇ ਵੀ ਵਰਕ ਕਰਵਾ ਸਕਦੇ ਹੋ ਆਪਣੀ ਚੋਇਸ ਹੁੰਦੀ ਹੈ ਤੁਸੀਂ ਕੋਈ ਵੀ ਫੈਬਰਿਕ ਦੱਸ ਸਕਦੇ ਅਸੀਂ ਉਦਾਂ ਦਾ ਫੈਬਰਿਕ ਤੇ ਵੀ ਸਾਨੂੰ ਵਰਕ ਕਰਕੇ ਦੇਵਾਂਗੇ ਸਾਰਾ ਸੂਟ ਤੁਹਾਨੂੰ ਡਿੱਟੋ ਕਾਪੀ ਅਸੀਂ ਮਤਲਬ ਰੈਡੀ ਕਰਕੇ ਦੇਵਾਂਗੇ ਤੁਸੀਂ ਦੇਖ ਸਕਦੇ ਹੋਗੇ ਵਾਈਟ ਕਲਰ ਦਾ ਸੂਟ ਹੈ ਬਾਟਮ ਤੇ ਬਾਜੂ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆਗਾ ਹਲਕਾ ਫੁਲਕਾ ਵਰਕ ਹੈਗਾ ਜਾਦਾ ਹੈਵੀ ਵੀ ਤੁਹਾਡੀ ਚੋਇਸ ਹੈ ਉਹ ਤੁਸੀਂ ਜਿਆਦਾ ਹੈਵੀ ਕਰਵਾਣਾ ਹੈ કે ਹਲਕਾ ਕਰਵਾਣਾ ਹੈਗਾ ਨਾ ਆਪਣੀ ਆਪਣੀ ਚੋਇਸ ਹੁੰਦੀ ਹੈ ਸਭ ਦੀ ਤੇ ਬਾਕੀ ਤੁਸੀਂ ਇਹ ਸਾਰੇ ਸੂਟ ਮਤਲਬ ਪਾਰਟੀ ਤੇ ਵੀ ਵੇਅਰ ਕਰ ਸਕਦੇ ਹੋਗੇ ਹਨਾ ਫੰਕਸ਼ਨ ਪਾਰਟੀ ਕਿਤੇ ਵੇਅਰ ਕਰ ਸਕਦੇ ਹੋਗੇ ਬਹੁਤ ਵਧੀਆ ਲੱਗਦੇ ਨੇ ਤੁਸੀਂ ਆਪਣੀ ਚੋਇਸ ਨਾ ਜਿੱਦਾਂ ਤੁਸੀਂ ਬੋਲੋਗੇ ਨਾ ਅਸੀਂ ਓਦਾਂ ਹੀ ਬਿਲਕੁਲ ਤੁਹਾਨੂੰ ਅਸੀਂ ਉਦਾਈ ਰੈਡੀ ਕਰਕੇ ਦੇਵਾਂਗੇ ਅਸੀਂ ਸਟਿਚਿੰਗ ਵੀ ਕਰ ਕਰਦੇਾਂਗੇ ਉਹ ਥੋੜੀ ਚਾਹੀ ਜਿਹੀ ਵੀ ਤੁਸੀਂ ਸਟਿਚਿੰਗ ਵੀ ਕਰਵਾਉਣੀ ਹੈ ਕਿ ਆਰਲੀ ਵਰਕ ਕਰਵਾਉਣਾ ਹੈ ਪਲੀਜ਼ ਮੈਨੂੰ ਜਲਦੀ ਤੋਂ ਜਲਦੀ ਆਰਡਰ ਪਲੇਸ ਕਰੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਨੇ ਸੋਨੇ ਵਰਕ ਸੂਟ ਨੇ ਤੁਸੀਂ ਵੀ ਚਾਹ ਚਾਹਤੀ ਐਦਾਂ ਦੇ ਸੂਟ ਫੇਅਰ ਕਰਨੀ ਆ ਤਾਂ ਮੈਨੂੰ ਆਰਡਰ ਪਲੇਸ ਕਰੋ ਤੁਹਾਨੂੰ ਅਸੀਂ ਮੈਕਸਿਮਮ ਮੈਕਸਿਮਮ 1 ਵੀਕ ਲੱਗ ਜਾਂਦਾ ਹੈਗਾ ਸੂਟ ਰੈਡੀ ਕਰਨ ਤੇ बिकॉज़ ਪਹਿਲਾਂ ਹੀ ਬਹੁਤ ਆਰਡਰਸ ਹੁੰਦੇ ਨੇ ਉਸ ਦੇ ਅਕੋਰਡਿੰਗ ਹੀ ਤੁਹਾਨੂੰ ਮੈਂ ਕਹਿ ਰਹੀ ਹਾਂ 1 ਵੀਕ ਲੱਗ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਡਿਲੀਵਰੀ ਤੇ ਵੀ ਬਹੁਤ ਟਾਈਮ ਲੱਗ ਕੇ ਜਾਂਦਾ ਡਿਲੀਵਰੀ ਤੇ ਮੈਕਸੀਮਮ ਜ਼ਿਆਦਾ ਨਹੀਂ ਕਹਿ ਰਹੀ ਮੈਂ ਉਹ ਲੋਕੇਸ਼ਨ ਦੇ ਹਿਸਾਬ ਨਾਲ ਹੁੰਦਾ ਵੀ ਤੁਸੀਂ ਕਿੱਥੇ ਰਹਿੰਦੇ ਹੋ ਕਿੱਥੇ ਨਹੀਂ ਹੈ ਨਾ 3-4 ਡੇਸ ਇੰਨਾ ਲੱਗਦਾ ਹੈਗਾ ਸਤੇ ਗਾਇਸ ਦੇਖੋ ਕਿੰਦਾ ਮਤਲਬ ਇਹ ਤੇ ਲਾਈਸੇ ਲੱਗੀ ਹੋਈ ਹੈਗੀ ਉਹ ਤੁਹਾਡੀ ਚੋਇਸ ਹੁੰਦੀ ਹੈ ਵੀ ਤੁਸੀਂ ਕਿੱਦਾਂ ਰੈਡੀ ਕਰਵਾਉਣਾ ਹੈ ਜੇ ਤੁਹਾਡੇ ਕੋਲ ਕੋਈ ਆਪਣਾ ਮਤਲਬ ਡਿਜ਼ਾਈਨ ਹੈਗਾ ਨਾ ਵੀ ਅਸੀਂ ਅਦਰ ਸੂਟ ਕਰਵਾਉਣਾ ਹੈਗਾ ਤੁਸੀਂ ਉਹਦਾ ਵੀ ਦੱਸ ਸਕਦੇ ਹੋ ਉੱਪਰ ਮੇਰਾ WhatsApp ਨੰਬਰ ਗਿਵਨ ਹੈ ਉਹਦੇ ਤੇ ਤੁਸੀਂ ਮੈਨੂੰ ਪਿਕ ਸੈਂਡ ਕਰੋ ਜਾਂ ਮੇਰੀ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਅਸੀਂ ਤੁਹਾਨੂੰ ਬਿਲਕੁਲ ਉਹਦਾ ਦੇ ਸੂਟ ਮਤਲਬ ਰੈਡੀ ਕਰਕੇ ਭੇਜਾਂਗੇ ਬਾਕੀ ਤੁਹੇ ਅਦਰ ਫੈਬਰਿਕ ਵੀ ਦੱਸ ਸਕਦੇ ਹੋ ਤੁਹਾਨੂੰ ਕਿੱਦਾਂ ਦਾ ਫੈਬਰਿਕ ਚਾਹੀਦਾ ਹੈਗਾ ਤਾਂ ਅਸੀਂ ਕੋਈ ਵੀ ਮਤਲਬ ਕਮੀ ਨਹੀਂ ਆਂਦੀਗੀ ਸਾਡੇ ਮਤਲਬ ਸੂਟ ਦੇ ਇਹ ਚਲ ਵੀ ਕੋਈ ਵੀ ਨਹੀਂ ਕਹਿ ਸਕਦਾ ਨੇ ਵੀ ਸੂਟ ਵਿਦਿਆਨੀ ਕੀ ਤਗਾਗਾ ਰੈਡੀ ਹੈ ਤਾਂ ਤੇ ਪਲੀਜ਼ ਮੈਨੂੰ ਜਲਦੀ ਜਲਦੀ ਆਰਡਰ ਪਲੇਸ ਕਰੋ ਜਿੱਦਾਂ ਤੇ ਤੁਹਾਨੂੰ ਸੂਟ ਚਾਹੀਦਾ ਹੈ ਉਦੋਂ ਦੀ ਬਣ ਕੇ ਮਿਲੂਗਾ ਤੁਹਾਨੂੰ ਤੁਸੀਂ ਦੁਪੱਟਾ ਵੀ ਦੱਸ ਸਕਦੇ ਹੋਗੇ ਵੀ ਦੁਪੱਟੇ ਤੇ ਵਰਕ ਕਰਵਾਣਾ ਹੈ ਕਿ ਨਹੀਂ ਉਹ ਆਪਣੀ ਚੋਇਸ ਹੁੰਦੀ ਹੈ ਪਰ ਦੁਪੱਟੇ ਤੇ ਵਰਕ ਕਰਵਾਉਣੇ ਕਿ ਲਾਸ ਲਗਾਉਣੇ ਕਿ ਸਿੰਪਲ ਹੀ ਰੱਖਣਾ ਹੈ ਨਾ ਉਹ ਆਪਣੀ ਚੋਇਸ ਹੁੰਦੀ ਹੈਗੀ ਬਟ ਤੁਸੀਂ ਮੈਨੂੰ ਪਲੀਜ਼ ਜਲਦੀ ਜਲਦੀ ਆਰਡਰ ਪਲੇਸ ਕਰੋ ਤੁਸੀਂ ਦੇਖ ਸਕਦੇ ਹੋ ਨਾ ਕਿੰਨੇ ਪਿਆਰੇ ਡਿਜ਼ਾਈਨ ਇਤੇ ਵਰਕ ਕੀਤਾ ਹੋਇਆ ਘਾਟ ਵਰਕ ਕੀਤਾ ਹੋਇਆ ਉੱਪਰ ਬੀਲਸ ਚਾਰੀਆਂ ਨੇ ਹੈ ਨਾ ਕਿੰਨੇ ਪਿਆਰੇ ਪਿਆਰੇ ਡਿਜ਼ਾਈਨਸ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਦੇਖੋ ਕੰਬੀਨੇਸ਼ਨ ਦੇਖੋ ਤੁਸੀਂ ਨਾ ਕਿੰਨਾ ਵਧੀਆ ਬਲੈਕ ਤੇ ਨਾ ਗ੍ਰੀਨ ਜਾਂ ਵਾਈਟ ਗ੍ਰੀਨ ਜਾਂ ਇਦਾਂ ਦਾ ਕਿੰਨਾ ਵਧੀਆ ਲੱਗ ਰਿਹਾ ਹੈਗਾ ਤੇ ਆ ਤੁਸੀਂ ਦੇਖ ਸਕਦੇ ਗ੍ਰੇ ਨਾ ਮਤਲਬ ਵਾਈਟ ਕਲਰ ਦੇ ਉੱਪਰ ਦੇ ਡੁਪ ਵਰਕ ਕੀਤਾ ਹੋਇਆਗਾ ਪੀਚ ਵਾਈਟ ਜਾਂ نیچے ਬਾਰਡਰ ਤੇ ਵਰਕ ਕੀਤਾ ਹੈ ਗਲੇ ਤੇ ਵਰਕ ਕੀਤਾ ਹੈ ਨਾ ਕਿੰਨੇ ਵਧੀਆ ਲੱਗ ਰਿਹਾ ਦੇਖੋ ਫਰਾਕ ਸੂਟ ਹੈ ਇਹ ਮਤਲਬ ਤੁਸੀਂ ਆਪਣੇ ਚੋਇਸ ਦਾ ਕਿਦਾਂ ਵੀ ਮਤਲਬ ਵਰਕ ਕਰਵਾ ਸਕਦੇ ਹੋ ਜੇ ਤੁਸੀਂ ਮਤਲਬ ਪਿਕਸ ਦੇਖਣੀਆਂ ਨੇ ਨਾ ਅਦਰਵਾਈਜ਼ ਤਾਂ ਤੁਹਾਨੂੰ YouTube ਤੇ ਪਿਕਸ ਵੀ ਨਹੀਂ ਚੰਗੀਆਂ ਬਿਕੋਜ਼ ਮੈਂ ਪਿਕਸ ਦੇ ਹੀ ਵੀਡੀਓਸ ਪਾਣੇ ਆਂਗੇ ਜੇ ਜੇ ਤੁਹਾਨੂੰ ਮਤਲਬ ਸਿੰਪਲ ਚਾਹੀਦੀਆਂ ਨੇ ਨਾ ਤੁਸੀਂ ਮੇਰੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮਤਲਬ ਸੌਰੀ YouTube ਕਹਤਾ ਮੇਰੇ Instagram ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਉਥੇ ਮੇਰਾ ਅਕਾਊਂਟ ਬਣਾ ਹੋਇਆਗਾ ਚੰਨੀ ਬੁਟੀਕ ਨੇਮ ਤੇ ਤੁਸੀਂ ਉਥੇ ਜਾ ਕੇ ਦੇਖ ਸਕਦੇ ਮੈਨੂੰ ਫੋਲੋ ਕਰੋ Instagram ਤੇ ਉਥੇ ਵੀ ਮੈਂ ਪਿਕਸ ਆਪਣੀਆਂ ਅਪਲੋਡ ਕਰਦੀਆਂ ਜਿਹੜੇ ਜਿਹੜੇ ਮੇਰੇ ਆਰਡਰਸ ਹੁੰਦੇ ਨੇ ਮੈਂ ਉਹਨਾਂ ਨੂੰ ਸਭ ਨੂੰ ਅਪਲੋਡ ਕਰਦੀਆਂ ਹਾਂਗੀ ਬਾਕੀ ਮਤਲਬ ਪਿਕਸ ਵੀ ਪਾਈਆਂ ਹੁੰਦੀਆਂ ਰੀਲਸ ਵੀ ਹੁੰਦੀਆਂ ਨੇ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋਗੇ ਮੇਰੇ ਇੰਸਟਾਗ੍ਰam ਦੇ ਮੈਸੇਜ ਕਰ ਸਕਦੇ ਹੋ ਆਪਣੀ ਸੋਡੀ ਚੋਇਸ ਹੈਗੀ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰਨਾ ਹੈ ਕਿ ਵਟਸਐਪ ਤੇ ਮੈਸੇਜ ਕਰਨਾ ਮੇਰੀ ਇੰਸਟਾਗ੍ਰam ਦੀ ਆਈਡੀ ਹੈਗੀ ਮੈਂ ਫਿਰ ਪਿੰਕ ਕਰਦੀ ਐਂਗੀ ਚੰਨੀ ਬੁਟੀਕ ਦੇਖ ਸਕਦੇ ਹੋ نیچے ਬਾਰਡਰ ਤੇ ਡਿਜ਼ਾਈਨ ਕੀਤਾ ਹੋਇਆ ਵਰਕ ਕੀਤਾ ਹੈ ਉੱਪਰ ਗਲੇ ਤੇ ਬਾਜੂ ਤੇ ਨਾਲ ਪਲਾਜ਼ੋ ਬਨਾਇਆ ਹੋਇਆ ਹੈ ਐਦਾਂ ਦਾ ਸੂਟ ਬਿਲਕੁਲ ਸੇਮ ਡਿੱਟਾ ਕਾਪੀ ਸੂਟ ਮੈਂ ਬਨਾਇਆਗਾ ਮੈਨੂੰ ਆਰਡਰ ਆਇਆ ਸੀ ਬਹੁਤ ਪਿਆਰਾ ਡਿਜ਼ਾਈਨ ਬਨਾਇਆ ਸੀ ਐਦਾਂ ਹੀ ਬਿਲਕੁਲ ਬਾਜੂ ਤੇ ਮਤਲਬ ਬਾਟਮ ਤੇ ਮਤਲਬ ਵਰਕ ਕੀਤਾ ਸੀ ਗਲੇ ਤੇ ਵਰਕ ਕੀਤਾ ਸੀ ਬਿਲਕੁਲ ਸੇਮ ਕਲਰ ਸੇਮ ਵਰਕ ਦਾ ਡਿਜ਼ਾਈਨ ਮਤਲਬ ਕਲਰ ਸਾਰਾ ਕੁਝ ਸੇਮ ਸੀ ਬਹੁਤ ਪਿਆਰਾ ਸੂਟ ਲੱਗ ਰਿਹਾ ਸੀ ਇਹ ਮੈਨੂੰ ਆਰਡਰ ਆਇਆ ਹੋਇਆਗਾ ਬਾਕੀ ਤੁਸੀਂ ਆ ਦੇਖ ਸਕਦੇ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਇਸਨੇ ਪਲੀਜ਼ ਮੈਨੂੰ ਜਲਦੀ ਤੋਂ ਜਲਦੀ ਔਡਰ ਪਲੇਸ ਕਰੋ ਔਰ ਜਿਹੜੇ ਨਿਊ ਆਏ ਨੇ ਹਨਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਲਾਈਕ ਮੈਂਨ ਕਰਕੇ ਜੂ ਦੱਸਿਓ ਮੇਰੀ ਵੀਡੀਓ ਕਿੰਦਾ ਲੱਗੀ ਹਨਾ ਪਲੀਜ਼ ਮੈਨੂੰ ਜਲਦੀ ਜਲਦੀ ਆਰਡਰ ਪਲੇਸ ਕਰੋ ਤੁਸੀਂ ਉੱਪਰ ਦੇਖ ਸਕਦੇ ਮੇਰਾ ਵਟਸਐਪ ਨੰਬਰ ਗਿਵਨ ਹੈ ਹਨਾ ਉਹਤੇ ਮੈਨੂੰ ਮੈਸੇਜ ਕਰੋ ਤੇ ਮੈਨੂੰ ਕੀ ਤੁਹਾਡਾ ਜਲਦੀ ਜਲਦੀ ਆਰਡਰ ਮਿਲ ਜੇ ਤੁਸੀਂ ਮੈਸਜ ਜਲਦੀ ਆਰਡਰ ਕਰੋਗੇ ਤਾਂ ਹੀ ਤੁਹਾਨੂੰ ਮਤਲਬ ਡਿਲੀਵਰੀ ਜਲਦੀ ਹੀ ਮਿਲੇਗੀ ਬਿਕਾਜ਼ ਕੁਝ ਹੁੰਦੇ ਨੇ ਹਨਾ ਵੀ ਮਤਲਬ ਲੇਟ ਆਰਡਰ ਕਰਦੇ ਨੇ ਹਨਾ ਫਿਰ ਬਾਅਦ ਵਿੱਚ ਮੈਨੂੰ ਦਿੱਕਤ ਆਉਂਦੀ ਹੈ ਹਨਾ ਵੀ ਆਰਡਰ ਟਾਈਮ ਸਿਰ ਨਹੀਂ ਪਹੁੰਚਾਇਆ ਜਾਂਦਾਗਾ ਹਨਾ ਫਿਰ ਪ੍ਰੋਬ ਆਰਡਰ ਕਰੋ ਕਿ ਤੁਹਾਨੂੰ ਮਤਲਬ ਕੋਈ ਵੀ ਪ੍ਰੋਬਲਮ ਨਾ ਆਵੇ ਪਲੀਜ਼ ਮੈਨੂੰ ਜਲਦੀ ਜਲਦੀ ਆਰਡਰ ਪਲੇਸ ਕਰੋ ਐਂਡ ਥੈਂਕ ਯੂ so much guys ਤੁਸੀਂ ਮੇਰੀ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਐਂਡ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਮੈਨ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸ਼ਸ਼ੀ ਗਾਲ ਜੀ ਸਾਰਿਆਂ ਨੂੰ